ब्रॉडवे तुहाडे विदेश जाण दे सुपनियां नूं देवेगा हकीकत दी उड़ान। सस्का दोस्तो, मैं अमरजीत ब्रॉडवे इमिग्रेशन सर्विसेज। कोशिश होंगी इस चैनल के जरिए तुहानूं हर लेटेस्ट इंपॉर्टेंट इनफॉर्मेशन दे नाल हमेशा जोड़ के रखिए। वैसे मकसद नाल एवरी डे कोई ना कोई अपडेट्स या लेटेस्ट इनफॉर्मेशन या कुछ इदां दी इंपॉर्टेंट शेयरिंग तुहाडे तक पहुंचाउण दी कोशिश करी दी है, जिहदे नाल स्टडी वीजा ਨੂੰ ਲੈ ਕੇ ਜਿਹੜੀਆਂ ਤੁਹਾਡੀਆਂ ਪਲੈਨਿੰਗਸ ਨੇ ਜਾਂ ਤੁਸੀਂ ਪ੍ਰੋਗਰੈਸ ਦੇ ਵਿੱਚ ਹੋ ਤਾਂ ਉਹ ਜ਼ਿਆਦੀਆਂ ਸਕਸੈਸਫੁਲ ਰਹਿਣ ਔਰ ਜ਼ਿਆਦੀਆਂ ਸਟਰੋਂਗ ਰਹਿਣ। ਸੋ ਅੱਜ ਦਾ ਵਿਸ਼ਾ ਰਹੂਗਾ ਕੈਨੇਡਾ ਦਾ ਜਨਵਰੀ ਇਨਟੇਕ ਦਾ ਐਨਾਲਿਸਿਸ, ਕੀ ਸੰਭਾਵਨਾਵਾਂ ਜਨਵਰੀ ਇਨਟੇਕ ਨੂੰ ਲੈ ਕੇ ਰਹਿਣਗੀਆਂ। ਸੋ ਇਹ ਜੋ ਵੀ ਮੈਂ ਇਹਦੇ 'ਚ ਦੱਸ ਰਿਹਾ ਇਟ ਇਜ਼ ਜਸਟ ਐਨ ਆਈਡੀਅਲ ਫਰੋਮ ਦਾ ਐਕਸਪੀਰੀਅੰਸ ਔਰ ਜੋ ਵੀ ਪ੍ਰੈਜੈਂਟਲੀ ਸਿਨਾਰੀਓਜ਼ ਚੱਲ ਰਹੇ ਨੇ ਉਹਦੇ ਉੱਤੋਂ। ਸੋ ਕਿਸੇ ਨੂੰ ਨੈਗੇਟਿਵ ਕਰਨਾ ਜਾਂ ਪੋਜ਼ਿਟਿਵ ਕਰਨਾ ਮੇਰਾ ਮਕਸਦ ਨਹੀਂ ਹੈ। ਜੋ ਸੱਚਾਈ ਹੈ ਉਹਨੂੰ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਉਹਦੇ ਉੱਤੇ ਕੀ ਐਨਾਲਿਸਿਸ ਲੈ ਕੇ ਬੈਠੇ ਹੋਏ ਹਾਂ ਔਰ ਬੱਚੇ ਨੂੰ ਕਿਸ ਹਿਸਾਬ ਨਾਲ ਆਪਣੀਆਂ ਚੀਜ਼ਾਂ ਦੇ ਲਈ ਜ਼ਿਆਦਾ ਸਟਰੋਂਗਲੀ ਪ੍ਰਪੇਅਰਡ ਹੋਣਾ ਚਾਹੀਦਾ। ਸੋ ਪਹਿਲਾਂ ਮੇਰੀ ਰਿਕੁਐਸਟ ਰਹੂਗੀ ਕਿ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਹਰ ਲੇਟੈਸਟ ਅਤੇ ਇੰਪੋਰਟੈਂਟ ਇਨਫੋਰਮੇਸ਼ਨ ਨਾਲ ਤੁਸੀਂ ਹਮੇਸ਼ਾ ਜੁੜੇ ਰਹੋ। ਬ੍ਰੌਡਵੇ ਇਮੀਗ੍ਰੇਸ਼ਨ ਲਗਾਤਾਰ ਆਪਣੀਆਂ ਔਨਲਾਈਨ ਸਰਵਿਸਿਜ਼ ਤੁਹਾਡੇ ਤੱਕ ਦੇ ਰਹੀ ਹੈ। ਸੋ ਤੁਸੀਂ ਸਿੰਪਲੀ ਘਰ ਬੈਠੇ broadwaystudy.com ਜੋ ਕਿ ਨੀਚੇ ਤੁਹਾਨੂੰ ਵੈਬਸਾਈਟ ਦਿਖ ਰਹੀ ਹੈ ਉਹਦੇ 'ਤੇ ਜਾ ਕੇ ਰਜਿਸਟਰ ਹੋ ਕੇ ਆਪਣੀ ਵੀਡੀਓ ਕਾਊਂਸਲਿੰਗ ਬੁੱਕ ਕਰ ਸਕਦੇ ਹੋ ਔਰ ਤੁਸੀਂ ਸਾਰੀ ਕਾਊਂਸਲਿੰਗ ਆਪਣੇ ਪ੍ਰੋਫਾਈਲ ਦੇ ਰਿਲੇਟਡ ਘਰ ਬੈਠੇ ਲੈ ਸਕਦੇ ਹੋ ਔਰ ਘਰ ਬੈਠੇ ਹੀ ਤੁਸੀਂ ਸਾਡੇ ਨਾਲ 100% ਸਾਰਾ ਪ੍ਰੋਸੈਸ ਅਪਲਾਈ ਕਰ ਸਕਦੇ ਹੋ। ਜਿਹੜੇ ਬੱਚੇ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਆ ਜਨਵਰੀ ਇਨਟੇਕ ਲਈ, ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਬ੍ਰੌਡਵੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਸੋ ਤੁਹਾਡੀ ਚਾਹੇ ਅੰਬੈਸੀ ਫੀਸ ਹੈ, ਐਪਲੀਕੇਸ਼ਨ ਫੀਸ ਹੈ, ਇਹ ਸਾਰੇ ਖਰਚੇ ਬ੍ਰੌਡਵੇ ਪਹਿਲਾਂ ਕਰੇਗੀ, ਤੁਸੀਂ ਦਿਓਗੇ ਵੀਜ਼ੇ ਤੋਂ ਬਾਅਦ। ਸਿਰਫ ਆਪਣੀ ਫੀਸ ਔਰ GIC ਤੁਸੀਂ ਜ਼ਰੂਰ ਟ੍ਰਾਂਸਫਰ ਕਰੋ, ਉਹ ਮੈਂ ਤੁਹਾਨੂੰ ਤਰਜੀਹ ਵੀ ਦਊਂਗਾ ਕਿਉਂਕਿ ਪ੍ਰਾਈਵੇਟ ਕਾਲਜਾਂ ਨੂੰ ਮੈਂ ਬਹੁਤ ਜ਼ਿਆਦਾ ਰਿਕਮੈਂਡ ਨਹੀਂ ਕਰਦਾ, ਜਿੱਥੇ ਕਿ ਫੀ ਆਫਟਰ ਵੀਜ਼ਾ ਦੀਆਂ ਬਹੁਤ ਸਾਰੀਆਂ ਆਪਸ਼ਨਾਂ ਤੁਸੀਂ ਮੇਰੇ ਤੋਂ ਵੀ ਲੈ ਸਕਦੇ ਹੋ। ਬਟ ਮੇਰੀ ਕੋਸ਼ਿਸ਼ ਇਹੀ ਹੈ ਕਿ ਆਪਾਂ ਇੱਕ ਜੈਨੂਅਨ ਅੱਛੇ ਇੰਸਟੀਟਿਊਟ 'ਚ ਪੜ੍ਹਨ ਜਾਈਏ ਔਰ ਉਹ ਸਾਰੇ ਇੰਸਟੀਟਿਊਟਸ ਫੀਸ ਜ਼ਰੂਰ ਬੱਚੇ ਤੋਂ ਲੈਂਦੇ ਨੇ ਔਰ GIC ਤੁਹਾਨੂੰ ਅਫੀਸ਼ੀਅਲੀ ਕਰਨੀ ਹੀ ਪੈਂਦੀ ਹੈ। ਸੋ ਜਨਵਰੀ ਨੂੰ ਲੈ ਕੇ ਅੱਗੇ ਕੀ ਹੈ ਔਰ ਕਿੱਦਾਂ ਤਿਆਰੀ ਹੋਣੀ ਚਾਹੀਦੀ ਹੈ? ਜਿੱਦਾਂ ਕਿ ਆਪਾਂ ਜਾਣਦੇ ਹਾਂ, ਪਹਿਲੀ ਚੀਜ਼ ਕਿ ਅਕਤੂਬਰ 31 ਤੱਕ ਦਾ ਟਰੈਵਲ ਬੈਨ ਜਿਹੜਾ ਉਹ ਵੱਧ ਚੁੱਕਾ। ਟਰੈਵਲ ਬੈਨ ਅਕਤੂਬਰ ਤੱਕ ਦਾ ਵਧਿਆ, ਅੱਗੇ ਵੀ ਵਧਣ ਦੀ ਸੰਭਾਵਨਾ ਹੋ ਸਕਦੀ ਹੈ। ਇਹ ਤੁਹਾਨੂੰ ਸਮਝਣਾ ਪੈਣਾ, ਕਿਉਂ? ਕਿਉਂਕਿ ਜਿਹੜਾ AIP ਦਿੱਤੇ ਗਏ ਉਹ ਸਪਟੈਂਬਰ ਇਨਟੇਕ ਲਈ ਦਿੱਤੇ ਗਏ ਆ, ਨਾ ਕਿ ਸਪਟੈਂਬਰ ਮੰਥ ਲਈ ਦਿੱਤੇ ਗਏ ਆ। ਇਨਟੇਕ ਤੋਂ ਮੇਰਾ ਭਾਵ ਹੈ ਕਿ ਬੱਚਿਆਂ ਨੂੰ ਉਹ ਜਿਹੜਾ ਸਮੈਸਟਰ ਹੈ ਉਹ ਘੱਟੋ ਘੱਟ ਇੱਕ ਸਮੈਸਟਰ ਲੱਗੇ ਜਾਂ ਡੇਢ ਸਮੈਸਟਰ ਲੱਗੇ, ਉਹਨਾਂ ਦਾ ਔਨਲਾਈਨ ਹੀ ਚੱਲੇਗਾ ਔਰ ਉਹਨਾਂ ਨੂੰ ਉਹ ਔਨਲਾਈਨ ਹੀ ਕੰਟੀਨਿਊ ਕਰਕੇ ਰੱਖਣਾ ਪੈਣਾ। ਸੋ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਸੋ ਔਨਲਾਈਨ ਐਜੂਕੇਸ਼ਨ ਹਜੇ ਕੁਝ ਹੋਰ ਲੰਬਾ ਸਮਾਂ ਸਾਡਾ ਹਿੱਸਾ ਬਣ ਕੇ ਰਹੂਗੀ। ਨਾ VFS ਸੈਂਟਰ ਕਦੋਂ ਖੁੱਲ੍ਹਣਗੇ? ਔਰ ਦੂਜਾ ਸਵਾਲ ਆ ਜਾਂਦਾ ਕਿ ਜਨਵਰੀ ਇਨਟੇਕ ਆਫਲਾਈਨ ਰਹੂਗਾ ਕਿ ਔਨਲਾਈਨ? ਸੋ VFS ਸੈਂਟਰ ਆਪਾਂ ਇੱਥੋਂ ਇੱਕ ਆਈਡੀਆ 'ਤੇ ਲਾ ਸਕਦੇ ਹਾਂ, ਆਲਦੋ VFS ਸੈਂਟਰ ਕਈ ਜਗ੍ਹਾ ਕਈ ਦੇਸ਼ਾਂ ਦੇ ਵਿੱਚ ਖੁੱਲ੍ਹ ਚੁੱਕੇ ਨੇ ਕੈਨੇਡਾ ਤੋਂ। ਸੋ ਹੋ ਸਕਦਾ ਕਿ ਉਹ VFS ਸੈਂਟਰ ਆਉਣ ਵਾਲੇ ਦਿਨਾਂ 'ਚ ਇੰਡੀਆ 'ਚ ਵੀ ਖੁੱਲ੍ਹ ਜਾਣ, ਐਕਸਪੈਕਟਡਲੀ ਸਮਵੇਅਰ ਇਨ ਅਕਤੂਬਰ। ਔਰ ਮੈਂ 1 ਅਕਤੂਬਰ ਤੋਂ ਤਾਂ ਐਕਸਪੈਕਟ ਨਹੀਂ ਕਰਦਾ, ਬਟ ਹਾਂ ਮਾਈਟ ਬੀ ਬਾਈ ਐਂਡ ਆਫ ਅਕਤੂਬਰ ਔਰ ਮਿਡ ਆਫ ਅਕਤੂਬਰ। ਹੁਣ ਉਹ ਜਦੋਂ ਖੁੱਲ੍ਹਣਗੇ ਤਾਂ ਉਹਦੇ ਵਿੱਚ ਸੈਕਿੰਡ ਸਟੇਜ ਕਿੱਦਾਂ ਪ੍ਰੋਸੈਸ ਹੋਊਗੀ, ਦੈਟ ਇਜ਼ ਅਗੇਨ ਅ ਕੁਸ਼ਚਨ। ਕਿਉਂਕਿ ਅਗਰ ਟਰੈਵਲ ਸਟਾਰਟ ਨਹੀਂ ਹੋ ਰਿਹਾ ਤਾਂ ਸੈਕਿੰਡ ਸਟੇਜ ਦਾ ਮੰਨ ਲਓ ਜੇ ਉਹਨਾਂ ਨੇ ਕਲੀਅਰ ਕਰਕੇ ਵੀਜ਼ਾ ਵੀ ਦਿੱਤਾ ਤਾਂ ਉਹ ਵੀਜ਼ੇ ਦਾ ਬੱਚਾ ਯੂਟੀਲਾਈਜੇਸ਼ਨ ਕੀ ਕਰੂਗਾ? ਕਲਾਸਾਂ ਉਹਦੀਆਂ ਫਿਰ ਵੀ ਸ਼ਾਇਦ ਔਨਲਾਈਨ ਹੀ ਰਹਿਣਗੀਆਂ। ਹਾਂ, ਉਹਨੂੰ ਇੱਕ ਰਿਲੈਕਸੇਸ਼ਨ ਹੋ ਜਾਊਗਾ ਕਿ ਜਿੱਦਣ ਆਫਲਾਈਨ ਹੋਣਗੇ ਜਿੱਦਣ ਟਰੈਵਲ ਖੁੱਲੂਗਾ ਮੈਂ ਜਾ ਸਕੂੰਗਾ। ਸੋ ਦੈਟ ਇਜ਼ ਦ ਫਸਟ ਥਿੰਗ। ਜਨਵਰੀ ਨੂੰ ਲੈ ਕੇ ਚੀਜ਼ਾਂ ਔਨਲਾਈਨ ਰਹਿਣਗੀਆਂ, AIP ਬੇਸਡ ਜਾਂ ਨੋਨ AIP ਬੇਸਡ ਜਾਂ ਡਾਇਰੈਕਟ ਰਹੂਗਾ। ਸੋ ਮੈਂ ਜਿਹੜੀ ਆਪਣੀ ਪਰਸਨਲ ਐਡਵਾਈਸ ਤੁਹਾਨੂੰ ਦੇ ਰਿਹਾ, ਜੋ ਇਹ ਪੂਰੇ ਚੀਜ਼ ਦਾ ਜਦੋਂ ਮੈਂ ਐਨਾਲਿਸਿਸ ਕਰਦਾ, ਜੋ ਮੇਰਾ ਐਕਸਪੀਰੀਅੰਸ ਜਾਂ ਤਜਰਬਾ ਕਹਿੰਦਾ ਕਿ ਜਨਵਰੀ ਇਨਟੇਕ ਵੀ AIP ਬੇਸਡ ਰਹਿਣ ਦੇ ਸੰਭਾਵਨਾਵਾਂ ਚਾਂਸਿਸ ਬਹੁਤ ਜ਼ਿਆਦਾ ਨੇ। ਅਰਾਊਂਡ 70-80% ਤੱਕ ਚਾਂਸ ਹੈ ਕਿ ਉਹ ਔਨਲਾਈਨ ਹੀ ਰਹੇਗਾ। ਬਟ ਇਹਦੇ ਨਾਲ ਨਾਲ ਉਹ ਜਿਹੜਾ ਸਮਾਂ ਉਹਦੇ ਵਿੱਚ ਕਿਤੇ ਨਾ ਕਿਤੇ ਜੇ ਟਰੈਵਲ ਰਿਲੈਕਸ ਹੁੰਦਾ ਤਾਂ AIP ਵਾਲਿਆਂ ਨੂੰ ਸਤੰਬਰ 'ਚ ਵੀ ਆਪਸ਼ਨ ਸੀ ਕਿ ਅਗਰ ਉਹ ਰਿਲੈਕਸ ਹੁੰਦਾ ਤਾਂ ਉਹ VFS ਪਹਿਲਾਂ ਖੁੱਲ੍ਹਣਗੇ, ਆਪਣੇ ਵੀਜ਼ੇ ਲੈਣਗੇ, ਚਲੇ ਜਾਣਗੇ। ਸੋ ਜਨਵਰੀ ਵਾਲੇ ਬੱਚਿਆਂ ਨੂੰ ਵੀ ਕੋਈ ਬਹੁਤ ਜ਼ਿਆਦਾ ਘਬਰਾਉਣਾ ਜਾਂ ਨੈਗੇਟਿਵ ਆਪਣੇ ਆਪ ਨੂੰ ਕਰਨਾ ਸਲਿਊਸ਼ਨ ਨਹੀਂ ਗਾ। ਔਰ ਮੇ ਇਨਟੇਕ ਜਾਂ ਸਤੰਬਰ ਇਨਟੇਕ ਲਈ ਮੈਂ ਅਪਲਾਈ ਕਰਨਾ, ਮੈਂ ਆਫਲਾਈਨ ਨੂੰ ਫੜਨ ਦੀ ਕੋਸ਼ਿਸ਼ ਕਰਾਂ ਤਾਂ ਉਹਦੇ ਵਿੱਚ ਨੁਕਸਾਨ ਆ ਹੋ ਰਿਹਾ ਕਿ ਆਪਣੀ ਪੜ੍ਹਾਈ ਤੋਂ ਸਮਾਂ ਟੁੱਟਦਾ ਜਾ ਰਿਹਾ। ਜਦੋਂ ਆਪਾਂ ਗੈਪ ਦੀ ਗੱਲ ਕਰਦੇ ਹਾਂ ਤਾਂ ਗੈਪ ਨੂੰ ਥੋੜ੍ਹਾ ਡਿਟੇਲ 'ਚ ਸਮਝੋ। ਇੱਕ ਗੈਪ ਸੀਗਾ ਉਹ ਕਿ ਆਪਾਂ ਪੜ੍ਹਾਈ 'ਚ ਕੁਛ ਨਹੀਂ ਕੀਤਾ ਔਰ ਇੱਕ ਉਹ ਬਣ ਗਿਆ। ਇੱਕ ਹੁਣ ਕੋਵਿਡ ਦੇ ਕਰਕੇ ਸਿਚੁਏਸ਼ਨ ਹੈ। ਸੋ ਕੋਵਿਡ ਦੇ ਕਰਕੇ ਜਿਹੜੀ ਸਿਚੁਏਸ਼ਨ ਹੈ, ਅਗਰ ਇਹਨੂੰ ਵੀ ਆਪਾਂ ਬਹੁਤ ਲੰਬਾ ਚੱਲੀ ਜਾਵਾਂਗੇ ਔਰ ਆਪਾਂ ਆਹ ਸੋਚ ਕੇ ਚੱਲਾਂਗੇ ਜਿੰਨਾ ਚਿਰ ਕੈਨੇਡਾ ਆਫਲਾਈਨ ਨਹੀਂ ਜਾਂਦਾ, ਜਿੰਨਾ ਚਿਰ ਉਹ ਬੁਲਾਉਣਾ ਨਹੀਂ ਸ਼ੁਰੂ ਕਰਦਾ, ਮੈਂ ਕੈਨੇਡਾ ਦਾ ਵੀਜ਼ਾ ਹੀ ਅਪਲਾਈ ਨਹੀਂ ਕਰਨਾ, ਦੈਟ ਅਗੇਨ ਕ੍ਰੀਏਟ ਅ ਸਸਪੈਂਸ। ਸੋ ਇੱਥੇ ਮੇਰੀ ਐਡਵਾਈਸ ਇਹੀ ਹੈ ਕਿ ਤੁਸੀਂ
जनवरी दियां फाइल्स आ अपनी एप्लीकेशंस आ उन्हें जरूर चलाओ स्टार्ट करो और बहुत ज़्यादा कोई नैगेटिव होने की लोड़ नहीं है क्योंकि जनवरी आने से हजे बहुत समय फिर जनवरी आ भी गया ए आई पी आ भी गया तो उसके बाद भी बहुत समय क्योंकि कैनेडा ने 30 अप्रैल तक ऑनलाइन पढ़ाई को बढ़ा दिता सो अपन थोड़ा जा आइडिया तो इतों समझ लेना चाहिए कि इदा नहीं हो सकता कि सितंबर वाले बच्चों ए आई पी और जनवरी वाले डायरैक्ट वीजा मिल जाए कभी भी ट्रैवल शुरू होगा तो डेफिनेटली जो सितंबर वाले बच्चे है उन्होंने शुरू होगा जो ऑनलाइन क्लासिज ला रहे हैं जिन्होंने डेफर नहीं किया क्योंकि वो बच्चे इतने बैठे ने सब तो पहला कैनेडा अगर प्रबंध करूंगा तो उन्होंने करूंगा क्योंकि वीजा ए आई पी उन्होंने दिते ने कमिटमेंट उन्होंने पहला की है सो जनवरी उस तो बाद ही फ्लाई करूंगा सो मन च कन्फ्यूजन ना रखो ज़्यादा सोचने का कोई फायदा नहीं होना अपनी एप्लीकेशन टाइम सिर चलाओ चीज़ा सेफ ने खुलनगियां हौली हौली उदे नाल चलना पेगा सानू सबनू समझना पेगा ब्रॉडवे भी इस चीज़ नू समझती है ऐसे लिए असीं तुहानू किसी तरह की भज्जा दौड़ी नहीं पा रहे तुसीं घरे बैठे अपनी डिटेल काउंसलिंग अपने प्रोफाइल बारे लवो सुटेबल लगता है तुसीं साडियां सर्विसिज़ घरे बैठे लवो घरे बैठे ऑनलाइन अप्लाई करो साडे दफ्तर भी की आके करना है क्यों धक्के खाने हैं क्यों अपने आप नू रिस्क ते लाउणा है या अपने परिवार नू रिस्क ते लाउणा है सो सेफली घर बैठे अपनी एप्लीकेशन अपलाई करो तो कोई क्वेश्चन है डाउट्स है डेफिनेटली सू कॉन्टैक्ट कर सकते हो फोन नंबर से भी वैबसाइट पर जाके अपनी वीडियो काउंसलिंग बुक कर सकते हो जो बच्चे अपलाई करना चाहते हैं और लेटैसट इनफॉर्मेशन के जुड़े रहने लिए हमेशा अपडेटिड रहने के लिए क्योंकि अगले 24 घंटे असं भी कैनेडा तो बहुत कुछ एक्सपैक्ट कर रहे हैं सो अपडेट्स न जुड़े रहने लिए इस चैनल में सबसक्राइब जरूर करके रखो क्योंकि सब तो पहला अपडेट तो इस चैनल पर मिलेगा नैक्सट कैनेडा के अपडेट्स का थैंक यू सत श्रीकाल ज़्यादा समा तो मैं स्टार्टिंग च नहीं लूँगा सिर्फ 1 मिनट का वीडियो रहेगा 30 सैकेंड दियाँ 2 इंपॉर्टेंट गल्लां दसनिया चाहूँगा सब तो पहला बढ़ रही कोविड की सिचुएशन के कोशिश करो कि वध तो वध जिहड़ियां सर्विसिज़ ने उन्हां नूं ऑनलाइन यूटीलाइज़ करो परसनल लाइफ के सो ब्रॉडवे वीज़ा अपलाई करने वालों भी ऑनलाइन सर्विसिज़ असिस्ट कर रही है तुसीं साडी वैबसाइट पर जाओ broadwaystudy.com बुक योर काउंसलिंग का फॉर्म भरो और 24 घंटे साडी टीम तुहानूं वीडियो कॉल पर कनैक्ट होएगी तुसी अपना पूरा प्रोफाइल डिस्कस करके घर बैठे अपने केस नू इनरोल्ड करके चला सकोगे और ब्रॉडवे तुहानू वीज़ा तक की सारी सर्विस ऑनलाइन घर बैठे देगी इस तो अलावा जिहड़े बच्चे आलस पीटी ड्यूलिंगो दियां कोचिंग लेना चाहुंदे आ उन्हां लई असीं स्पैशल क्लासेस स्टार्ट कीतियां ने जिहदे विच 1 टीचर 3 स्टूडेंट और 1 घंटे की डेडिकेटेड क्लास होएगी उहदे नाल अराउंड 12 to 13 घंटे तुहानू एक वट्सअप नंबर दिता जाएगा आवर्स उहदे दस्से जाणगे जिहदे विच तुसीं अपने कोई भी क्वेश्चन डाउट्स ड्यूरिंग द प्रैक्टिस जिहड़ी तुसीं घरे करदे हो वो पुछ सको टीम नाल कनैक्ट करो ब्रॉडवे तुहाडे विदेश जाण दे सुपनिआं नूं देवेगा हकीकत दी उड़ान